ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੀਐਮ ਚੰਨੀ ਨੇ ਹੁਣ ਕੀ ਤਾਹ ਕੰਮ ਦਿੱਲੀ ਤੱਕ ਪਈ ਤਮਕ ਕੇਜਰੀਵਾਲ ਨੂੰ ਦਿੱਤਾ ਠੋਕਵਾਂ ਜਵਾਬ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਇਸ ਵੀਰੇ ਦੀ ਵੱਡੀ ਗੱਲ ਪੰਜਾਬ ਦੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੇ ਨਾਲ ਜੁੜੀ ਹੋਈ ਸਾਹਮਣੇ ਆਏ ਜਿੱਤੇ ਕਿ ਉਹ ਰੂਪਨਗਰ ਦੇ ਪਿੰਡ ਮਕਰੋਨਾ ਕਲਾਂ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਹੈ ਇਸ ਦੌਰਾਨ ਮੁੱਖ ਮੰਤਰੀ ਜਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਸਿੱਖਿਆ ਮੰਤਰੀ ਸੁਸੋਦੀਆ ਨੂੰ ਨਿਸ਼ਾਨੇ ਤੇ ਲਿਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਸੋਦੀਆ ਦੀ ਇੱਥੇ ਕਿਸੇ ਕੋਨੇ ਵਿੱਚ ਖੜ ਕੇ ਵੀਡੀਓ ਬਣਾ ਕੇ ਲੈ ਗਏ ਨੇ ਉਹਨਾਂ ਨੇ ਹੀ ਸਕੂਲ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹਨਾਂ ਕਿਹਾ ਕਿ ਤੁਸੀਂ ਦੇਖ ਲਓ ਕਿ ਸਕੂਲ ਕਿੰਨਾ ਵਧੀਆ ਹੈ ਪਰ ਆਮ ਆਦਮੀ ਪਾਰਟੀ ਵਾਲੇ ਆ ਕੇ ਆਪਣੇ ਹੀ ਕੁਝ ਕਰ ਗਏ ਪਤਾ ਨਹੀਂ ਕਿਸੇ ਹੋਰ ਪਾਸੇ ਖੜ ਕੇ ਮੇਰੇ ਇਲਾਕੇ ਦਾ ਸਕੂਲ ਦਿਖਾ ਗਏ ਇਹ ਮੁੱਖ ਮੰਤਰੀ ਦੇ ਇਲਾਕੇ ਦਾ ਸਕੂਲ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਪੜ੍ਹ ਸਕਦੇ ਹੋ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕਰੋੜਾ ਕਲਾ ਮਕਰੋੜਾ ਕੜਾ ਮੇਰੇ ਨਾਲਕਾ ਪਿੰਡ ਹੈ ਮੇਰੇ ਹਲਕੇ ਦਾ ਪਿੰਡ ਹੈ ਤੇ ਉਸ ਦੇ ਵਿੱਚ ਇਹ ਸਕੂਲ ਹੈ ਇਸ ਸਕੂਲ ਦੀ ਸਾਈਡ ਵਾਲੇ ਪਾਸਿਓ ਕਿਤੇ ਵੀ ਖੜੀ ਸੀ ਪਰ ਅਸਲੀਅਤ ਆ ਸਕੂਲ ਦੀ ਨਹੀਂ ਉਹ ਦਿਖਾ ਰਹੇ ਸੀ ਕਿੰਨੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਇੱਥੋਂ ਤੇ ਬੱਚਿਆਂ ਦੇ ਚਾਰ ਹਾਊਸਸ ਚ ਵੰਡਿਆ ਹੋਇਆ ਹੈ ਬਾਬਾ ਦੀਪ ਹਾਊਸ ਬਾਬਾ ਜੁਜਾਰ ਸਿੰਘ ਹਾਊਸ ਬਾਬਾ ਜੋਰਾਵਰ ਸਿੰਘ ਹਾਊਸ ਬਾਬਾ ਫਤੇ ਸਿੰਘ ਦੀ ਇੱਥੇ ਨਕਸ਼ੇ ਤਿਆਰ ਕੀਤੇ ਨੇ ਸਾਰੀ ਬਿਲਡਿੰਗ ਬਹੁਤ ਹੀ ਵਧੀਆ ਹੈ ਹੁਣ ਮੈਂ 50 ਲੱਖ ਰੁਪਈਆ ਵਿੱਚ ਸਕੂਲ ਤੇ ਹੋਰ ਦਿੱਤਾ ਹੈ ਇਸ ਦੇ ਗਰਾਊਂਡ ਸਟੇਡੀਅਮ ਮਲਟੀਪਲਵ ਕਰਨ ਦੇ ਲਈ ਹੈ ਤੇ ਇਸ ਸਕੂਲ ਦੇ ਵਿੱਚ 70 ਲੱਖ ਰੁਪਏ ਲਾ ਕੇ ਅਸੀਂ ਸੀਏਓ ਟਰਫ ਦੇ ਨਾਲ ਇੱਕ ਗਰਾਊਂਡ ਬਣਾ ਰਿਆ। ਤੇ ਖਬਰ ਲਾ ਸਕਦੇ ხਣੇ ਤੁਹਾਡਾ ਬਹੁਤ ਬਹੁਤ